ਹੈਲੋ ਜੀ ਤੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ, ਅਤੇ ਸਵਾਗਤ ਆ ਆਪਣੇ ਯੂਟਿਊਬ ਚੈਨਲ 'ਤੇ ਜਿਹਦਾ ਨਾਮ ਹੈ ਸਿਮਰਨ ਲਖਨਪਾਲ। ਸ਼ਾਇਦ ਜਦੋਂ ਇਹ ਵਲੌਗ ਆਵੇ ਤਾਂ ਆਪਣੇ 50K ਕੰਪਲੀਟ ਹੋ ਜਾਣਗੇ, ਮੈਨੂੰ ਜਿੱਥੋਂ ਤੱਕ ਲੱਗਦਾ ਗਾ। ਅਤੇ ਸਾਰੇ ਜਣੇ ਸਪੋਰਟ ਜ਼ਰੂਰ ਕਰਿਓ, ਅਤੇ ਆਪਾਂ 100K ਵੀ ਬਹੁਤ ਜਲਦੀ ਜਲਦੀ ਕਰਨਾ ਗਾ, ਤਾਂ ਇੱਦਾਂ ਹੀ ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ। ਅਤੇ ਵਲੌਗ ਦੀ ਸਟਾਰਟਿੰਗ ਕਰਦੀ ਆਪਾਂ, ਅਤੇ ਮੈਮ ਹੁਣ ਨਿਕਲੇ ਨੇ ਬਾਹਰ ਲੈ ਚੱਲੇ ਸੀਗੇ ਕੰਮ ਕੰਮ ਤਾਂ ਕੰਪਲੀਟ ਕੀਤੇ 2-4। ਅਤੇ ਇੱਕ ਮਨਜੋਤ ਭਾਬੀ ਦਾ ਹੈਗਾ ਬਰਥਡੇ 14 ਤਰੀਕ ਦਾ, ਥੋੜ੍ਹੀ ਬਹੁਤੀ ਸ਼ੋਪਿੰਗ ਵਗੈਰਾ ਕਰਕੇ ਆਵਾਂਗੇ ਜਾ ਕੇ। ਤਾਂ ਬਾਕੀ ਇੱਦਾਂ ਹੀ ਵਲੌਗ ਸਟਾਰਟ ਕਰਤਾ, ਕੀ ਬਣਨਾ ਅੱਗੇ ਵਲੌਗ ਦੇ ਕੇ ਕੀ ਨਹੀਂ, ਤੁਸੀਂ ਵਲੌਗ ਦੇ ਨਾਲ ਜੁੜੇ ਰਹੇ ਹੋ, ਵਧੀਆ ਵਲੌਗ ਹੀ ਹੁੰਦੇ ਆ ਤੁਹਾਨੂੰ ਪਤਾ ਹੈ ਨਾ। ਅਤੇ ਚੱਲਦੇ ਹਾਂ ਜੀ, ਸਾਡਾ ਆਪਣਾ ਆਪਣਾ ਵਲੌਗ ਹੀ ਆਪਣੇ ਬੰਦੇ ਹੀ ਨਹੀਂ ਦੇਖਦੇ ਜਿਹੜੇ ਬਣਾਉਂਦੇ ਆ, ਦੇਖ ਲਓ ਭਾਈ ਜਿਹੜਾ ਮੈਂ ਵਲੌਗ ਬਣਾਇਆ ਸੀਗਾ। ਅਤੇ ਰਣਜੋਤ ਹੁਣ ਗੱਡੀ 'ਚ ਬਹਿ ਕੇ ਦੇਖਣ ਦਾ ਟਾਈਮ ਲੱਗਾ ਜੋਤ ਦਾ। ਵਾਹਿਗੁਰੂ ਮਾਲਕਾ ਤੰਦਰੁਸਤੀਆਂ ਬਖਸ਼ਿਆ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਕਿਵੇਂ ਕਿਉਂ ਕਿਹੜੀ ਗੱਲ, ਆਪਦਾ ਵਲੌਗ ਹੀ ਨਹੀਂ ਵੇਖਣਾ, ਇਹ ਘੱਟ ਵੱਧ ਹੀ ਵਲੌਗ ਦੇਖਦੀ ਆ। ਦੇਖੋ ਚਲੋ ਪਤਾ ਹੀ ਹੁੰਦਾ ਆਪਦੇ ਵਲੌਗ ਦਾ, ਤਾਂ ਬਟ ਫਿਰ ਵੀ ਵੇਖਣਾ ਚਾਹੀਦਾ ਨਾ। ਸਾਰੇ ਜਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੈ ਨਾ, ਜੋ ਤਾਂ ਨਹੀਂ ਦੇਖਣਾ ਚਾਹੀਦਾ, ਦੂਜੇ ਨੂੰ ਦੇਖਣਾ ਚਾਹੀਦਾ, ਆਪਣੇ ਆਪ ਨਹੀਂ ਦੇਖਣਾ। ਸਾਰੇ ਜਣੇ ਸਪੋਰਟ ਜ਼ਰੂਰ ਕਰਿਆ ਕਰੋ ਭਾਈ, ਅਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਵਲੌਗ ਆਪਣੇ। ਤਾਂ ਅੱਜ ਅਸੀਂ ਚੱਲੇ ਸੀਗੇ, ਕਿੱਥੇ ਚੱਲੇ ਸੀ, ਅੱਜ ਅਸੀਂ ਚੱਲੇ ਸੀਗੇ ਬਠਿੰਡੇ, ਜਾ ਰਹੇ ਹਾਂ ਜੀ। ਉਹ ਪਰ ਵੇਲਾ ਸਾਡਾ ਬਿੱਲੋ ਇਹ ਵਕੀਲ ਨਹੀਂ ਹੁੰਦਾ, ਤੂੰ ਵੀ ਪਵਾਏ ਛਿੱਤਰ ਮੇਰੇ। ਹਾਂਜੀ, ਤੇ ਬਠਿੰਡਾ ਘੁੰਮਾਏ ਅਸੀਂ ਜਾ ਕੇ। ਹਾਂਜੀ ਬਾਬਿਓ, 5:30 ਹੋ ਗਏ ਆ, ਤੇ ਸਵੇਰ ਦੇ ਨਿਕਲੇ ਸੀ, ਵੇਖ ਲਓ ਅਸੀਂ ਕੀ ਕੁਛ ਕਰ ਆਏ, ਦੱਸੋ। 1 ਵਜੇ ਗਏ ਆ। ਹਾਂ ਨਹੀਂ, 12 ਵਜੇ ਤੁਰੇ ਰਹਿੰਦੇ ਤਾਂ ਕਰੋ ਆਪਾਂ, ਕੀ ਕੁਛ ਕਰ ਆਏ, ਕਿੱਥੇ ਕਿੱਥੇ ਗਏ ਦੱਸੋ, ਫਿਰ ਆਡੀਅੰਸ ਨੂੰ ਦੱਸੋ। ਹਾਂ ਹੋਰ, ਬਾਕੀ ਉਹੀ ਗੇੜੇ ਛੇੜੇ ਕੱਢ ਆਏ, ਆਪਣੇ ਗਏ ਸੀਗੇ, ਤਾਂ ਉੱਥੇ ਵਾਹਵਾ ਟਾਈਮ ਬੈਠੇ ਰਹੇ, ਕਾਫੀ ਟਾਈਮ ਬਾਅਦ ਗਏ ਸੀ ਅੱਜ। ਤੇ ਆ ਗਿਆ ਟੋਲ ਕੋਲੇ, ਟੋਲ ਗੇਟ 500 ਮੀਟਰ, ਪ੍ਰਧਾਨ ਸਾਹਿਬ ਕਾਰਡ ਕੱਢੋ ਆਪਣਾ, ਵਾਸੀਆਂ ਮਾਰੀ ਜਾਂਦਾ ਰਹਿਣਾ ਹੈ। ਪਰ ਪ੍ਰਧਾਨ ਆ ਨਾ ਕਿਸਾਨ ਯੂਨੀਅਨ ਦੇ, ਵਾਹਿਗੁਰੂ ਮਹਾਰਾਜ ਤਰੱਕੀਆਂ ਬਖਸ਼ੇ ਸਾਰਿਆਂ ਨੂੰ। ਤੇ ਹੁਣ ਇਹ ਤੋਂ ਬਾਅਦ ਜਦੋਂ ਟੋਲ ਤੋਂ ਲੰਘ ਗਏ ਅਸੀਂ, ਤੇ ਰਣਜੋਤ ਨੇ ਚਲਾਉਣੀ ਗੱਡੀ ਹੈ ਨਾ ਜੋਤ, ਐਵੇਂ ਨਾ ਨਾ, ਬਹੁਤ ਟਾਈਮ ਹੋ ਗਿਆ ਰਣਜੋਤ, ਨਹੀਂ ਨਹੀਂ ਬਹੁਤ ਟਾਈਮ ਹੋ ਗਿਆ ਰਣਜੋਤ ਨੇ ਗੱਡੀ ਨਹੀਂ ਚਲਾਈ, ਤੇ ਅੱਜ ਰਣਜੋਤ ਚਲਾਊਗੀ ਗੱਡੀ, ਬਸ ਕਹਿਤਾ ਤੇ ਕਹਿਤਾ। ਬਸ ਹੁਣ ਮਿਲਦੇ ਹਾਂ ਜੀ, ਇੱਥੋਂ ਲੰਘ ਜੀਏ ਟੋਲ ਤੋਂ, ਤੇ ਵਾਰੀ ਆ ਗਈ ਰਣਜੋਤ ਦੀ ਚਲਾਉਣ ਦੀ ਹੈ ਨਾ ਜੋਤ। ਅੱਜ ਮੈਂ ਥੱਕ ਗਿਆ, 6:45 ਹੋ ਗਏ ਆ, ਰਣਜੋਤ ਕਹਿੰਦੀ ਬਸ ਬਸ ਟੱਪ ਜੇ, ਉਦੋਂ ਬਾਅਦ ਮੈਂ ਹੀ ਚਲਾਉਂਦੀ ਆ, ਤੇ ਬਸ ਚਲਾਉਂਦੀ ਆ ਰਣਜੋਤ, ਇਹਨੇ ਤਾਂ ਉੱਧਰ ਵੀ ਟੱਪ ਕੇ ਬਹਿ ਜਾਣਾ। ਤੇ ਚੱਲਦੇ ਆ ਜੀ, ਬਿਲਕੁਲ
ਚਲੋ ਬਾਬੇ ਰਣਜੋਤ ਉਹੀ ਆ ਬਸ ਇਹਦੇ ਵਿੱਚ ਦੋ ਹੀ ਚੀਜ਼ਾਂ ਹਾਂ ਅੱਗੇ ਅੱਗੇ ਕਰ ਪਹਿਲਾਂ ਕੁਰਸੀ ਆਹ ਸੀਟ ਅੱਗੇ ਕਰ ਇਹ ਚੱਲ ਅੱਗੇ ਨੂੰ ਖਿੱਚ ਹੌਲੀ ਹੌਲੀ ਛੱਡ ਦੇ ਉਧਰ ਨਾ ਦੇਖ ਬਸ ਤੂੰ ਸਿੱਧਾ ਹੀ ਧਿਆਨ ਦੇਣਾ ਤੇ ਉਧਰ ਦੇ ਸ਼ੀਸ਼ੇ ਤੇ ਧਿਆਨ ਦੇਣਾ ਉਹ ਛੱਡ ਦੇ ਹੌਲੀ ਹੌਲੀ ਭਾਵੇਂ ਇੱਕੋ ਦਮ ਛੱਡ ਦੇ ਇਹਦਾ ਕੋਈ ਚੱਕਰ ਨੀ ਜਾਣ ਦੇ ਜਾਣ ਦੇ ਬਹੁਤ ਦਿਨਾਂ ਬਾਅਦ ਰਣਜੋਤ ਗੱਡੀ ਚਲਾ ਉਧਰ ਨੀ ਪੁੱਤ ਐ ਨੀ ਦੇਖਣਾ ਤੂੰ ਸ਼ੀਸ਼ੇ ਵਿੱਚ ਨੀ ਦੇਖਣਾ ਇਹ ਚੱਲ ਐਨ ਵੇਨ ਕਰ ਹੌਲੀ 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 ਮੈਂ ਤੂੰ ਇੱਥੇ ਹੀ ਰੱਖਣੀ ਗੱਡੀ ਚੰਗਾ ਇਹ ਇੱਥੇ ਹੀ ਰੱਖਣੀ ਆ ਸ਼ੀਸ਼ਿਆਂ ਵਿੱਚ ਦੀ ਦੇਖਣਾ ਜੇ ਦੇਖਣਾ ਵੀ ਆ ਪੁੱਤ ਐ ਨੂੰ ਨੀ ਇੱਧਰ ਨੀ ਸਾਡੀ ਚਲਾਉਣੀ ਆ ਮੜੇ ਰੇਸ ਤੇ ਪੈਰ ਰੱਖ ਇੱਧਰ ਚਿੱਟੀ ਪੱਟੀ ਤੋਂ ਇੱਧਰ ਨਹੀਂ ਕਰਨੀ ਤੇ ਇੱਧਰ ਵਿਚਾਲੀ ਰੱਖਣੀ ਬਸ ਗੱਡੀ ਐਨੂੰ ਰੱਖ ਬਾ ਓਕੇ ਆ ਇੱਧਰਲੇ ਸ਼ੀਸ਼ੇ ਜੋ ਦੀਂਦੇ ਨਾ ਪਿੱਛੇ ਇੱਧਰਲੇ ਤੇ ਉੱਧਰਲੇ ਚੋਂ ਐਨੂੰ ਰੱਖ ਗੱਡੀ ਥੋੜ੍ਹੀ ਜਿਹੀ ਹਾਂ ਐਂ ਤਾਂ ਸਿਆਣਾ ਮੇਰਾ ਪੁੱਤ ਐਂ ਤਾਂ ਸਿੱਖ ਹੀ ਜਾਣਾ ਜਾਣ ਦੇ ਜਾਣ ਦੇ ਜਾਣ ਦੇ ਇੱਧਰ ਨਹੀਂ ਕਰਨੀ ਇੱਧਰ ਰੱਖਣੀ ਤੂੰ ਗੱਡੀ ਜਾਣੇ ਜਾਣੇ ਸਿੱਖ ਨਹੀਂ ਸਿੱਖ ਠੀਕ ਆ ਕਿੰਨਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਹੋਰ ਨੀ ਸੱਤ ਮਹੀਨੇ ਹੋ ਗਏ ਰਣਜੋਤ ਫਾਈਨਲੀ ਡਰਾਈਵਿੰਗ ਸਿੱਖ ਹੀ ਗਈ ਆ ਹਾਂ ਸੱਚ ਗਰਮੀਆਂ ਚ ਚਲਾਈ ਸੀ ਹਨਾ ਨਹੀਂ ਯਾਰ ਜਦੋਂ ਆਪਾਂ ਪਿੰਡ ਗਏ ਸੀਗੇ ਉਦੋਂ ਤੂੰ ਚਲਾਈ ਦਾ ਸੀ ਸਿੱਖ ਗਈ ਘੈਂਟ ਆ ਤਾਂ ਖਿੱਚਦੇ ਖਿੱਚਦੇ ਫਟੇ ਚਲੋ ਜੀ ਮਿਲਦੇ ਹਾਂ ਮਾੜਾ ਮੈਂ ਡਰਾਈਵਿੰਗ ਇੰਨੀ ਧਿਆਨ ਦੇਣਾ ਗਾ ਹੁਣ ਅਤੇ 10-15 ਮਿੰਟ ਰਣਜੋਤ ਚਲਾਊਗੀ ਹਰ ਰੋਜ਼ ਚਲਾਇਆ ਕਰੇਗੀ ਹੈ ਨਾ ਜੋਤ ਹੁਣ ਤਾਂ ਆਪਾਂ ਡੇਲੀ ਆਉਣੇ ਜਾਂਦੇ ਕਿਤੇ ਨਾ ਕਿਤੇ ਡੇਲੀ ਚਲਾਇਆ ਕਰੇਗੀ ਜੋਤ ਅਤੇ ਓਕੇ ਆ ਓਕੇ ਅਤੇ ਮਿਲਦੇ ਹਾਂ ਜੀ ਥੋੜ੍ਹੇ ਕੁ ਟਾਈਮ ਨੂੰ ਫਿਰ ਮੈਂ ਚਲਾਊਂਗਾ ਗੱਡੀ ਫਿਰ ਮਿਲਦੇ ਹਾਂ ਓਕੇ ਆ ਚਲਾ ਲਈ ਚਲੋ ਚਲੋ ਜੀ ਹੁਣ ਚਲਾਊਂਗਾ ਮੈਂ ਆਪਾਂ ਚਲਾਉਣਗੇ ਚਲ ਆ ਜਾ ਇਹਨੇ ਤਾਂ ਉੱਧਰ ਦੀ ਵੀ ਜਾ ਵੜਨਾ ਵਾਹਿਗੁਰੂ 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 ਮਾਲਕਾ ਤੰਦਰੁਸਤੀਆਂ ਬਖਸ਼ੋ ਬਾਬੇ ਤੁਹਾਡਾ ਆਸਰਾ ਚਲੋ ਜੀ ਹੁਣ ਚਲਾਊਂਗਾ ਮੈਂ ਤੇ ਧੱਕ ਪਾ ਦੇਣੀ ਆ ਅੱਧੇ ਘੰਟੇ ਚ ਘਰੇ ਚਲੇ ਜਾਣਾ ਅਸੀਂ ਦੱਸ ਐਂ ਤਾਂ ਜੋਤ ਨੇ ਵਧੀਆ ਚਲਾਈ ਗੱਡੀ ਐਂ ਤਾਂ ਪ੍ਰਾਊਡ ਆ ਮੈਨੂੰ ਤੇਰੇ ਤੇ ਹੈਂ ਤੇ ਰਾਜ ਆ ਗਈ ਨਾ ਸਹੀ ਉੱਦਾਂ ਦਾ ਸਹੀ ਚਲਾਈ ਆ ਬਸ ਸ਼ੀਸ਼ਿਆਂ ਚੋਂ ਵੇਖਣਾ ਵੁਖਣਾ ਆ ਗਿਆ ਤੈਨੂੰ ਹੋਰ ਕੀ ਚੱਲ ਕੋਈ ਨੀ ਹੌਲੀ ਹੌਲੀ ਪਤਾ ਲੱਗ ਜੂਗਾ ਬਸ ਉਦੋਂ ਬਾਅਦ ਮੈਂ ਤਾਂ ਸੀਟ 'ਤੇ ਬੈਠਿਆ ਕਰਨਾ ਹੈ ਨਾ ਜੋਤ ਹੈਨਾ ਅਤੇ ਜਾਈ ਜਾਂਦੇ ਹਾਂ ਜੀ ਬਾਬਾ ਕਰਾੜੀ ਪਹੁੰਚ ਗਏ ਤਾਂ ਮਿਲਦੇ ਹਾਂ ਤੁਹਾਨੂੰ ਰਾਸਤੇ ਦੇ ਵਿੱਚ ਤੇਲ ਵੀ ਪਾਉਣਾ ਵੈਸੇ ਤਾਂ 160 ਕਿਲੋਮੀਟਰ ਦਾ ਪਿਆ ਅਤੇ ਫਿਰ ਵੀ ਪਵਾ ਲੈਂਦੇ ਹਾਂ ਮਿਲਦੇ ਹਾਂ ਜੀ ਤੁਹਾਨੂੰ ਬਾਅਦ 'ਚੋਂ ਰਾਸਤੇ ਦੇ ਵਿੱਚ ਘਰ ਪਹੁੰਚ ਗਏ ਪਹਿਲਾਂ ਪਹੁੰਚ ਗਏ ਆਪਾਂ ਘਰ ਗੇਟ ਖੋਲੋ ਮਹਾਰਾਜ ਜੀ ਜਿਹਨੂੰ ਬੰਨ ਕੇ ਨਵਾਬ ਲੱਗਦਾ ਰੁੱਖਾਂ